ਸੋਮਵਾਰ 22 ਤਰੀਕ ਇਹ ਪੰਜਵਾਂ ਮਹੀਨਾ ਦੇ ਇਧਰ ਐਂ ਸੋਈ ਜਲ ਮਾਰਿਆ ਔਰ ਉਧਰੋਂ ਦੀ ਮਾਰਨ ਸੋਈ ਜੀ ਇਹ ਸਭ ਕਿਸੇ ਤੇ ਸੋਈ ਚ ਵੜਿਆ ਸੀ ਮੈਨੂੰ ਲਗਾਤਾਰ 4-5 ਘੰਟੇ ਹੋ ਗਏ ਸੱਪ ਨੂੰ ਰੈਸਕਿਊ ਕਰਦੇ ਆ ਤੇ ਮੈਂ 5 ਘੰਟੇ ਬਾਅਦ ਉਹ ਰਸੋਈ ਦੇ ਵਿੱਚੋਂ ਜਾ ਕੇ ਤੇ ਸੱਪ ਫੜਿਆ ਵਾ ਸੱਪ ਫੜਨ ਲੱਗਾ ਨੂੰ 2-4 ਮਿੰਟ ਲੱਗਦੇ ਆ ਤੇ ਲੱਭਣ ਲੱਗਿਆ ਬੜਾ ਟਾਈਮ ਲੱਗਦਾ ਦੇਖੋ ਛਾਦਰ ਛੂਪਰ ਸਾਰਾ ਸਮਾਨ ਇਧਰ ਉਧਰ ਕਰਕੇ ਤੇ ਫਿਰ ਇਹੋ ਜਿਹੀਆਂ ਚੀਜ਼ਾਂ ਨੂੰ ਰੈਸਕਿਊ ਕਰਨਾ ਪੈਂਦਾ ਵਾ ਮੈਂ ਜ਼ਿਲ੍ਹਾ ਦਰਬਾਰ ਤੇ ਸ਼ਹਿਰ ਪੱਟੀ ਦਾ ਰਹਿਣ ਵਾਲਾ ਮੇਰਾ ਨੰਬਰ 95-95-99-65 ਜਿਹੜਾ ਮਰਜ਼ੀ ਯੂਟਿਊਬ ਤੇ ਰਿਸਰਚ ਮਾਰ ਦੇ ਇਸ ਚੀਜ਼ ਨੂੰ ਕਹਿੰਦੇ ਆ ਕੋਮਨ ਕਲੈਚ ਤੇ ਚੋਗੀਆਂ ਦੀ ਭਾਸ਼ਾ ਦੇ ਵਿੱਚ ਇਹਨੂੰ ਕਹਿ ਦਿੰਦੇ ਆ ਸੰਖ ਚੂਰ ਸੱਪ ਵੀ ਕਹਿ ਦਿੰਦੇ ਆ ਨਿਹਰਾ ਕਲੈਚ ਵੀ ਕਹਿ ਦਿੰਦੇ ਆ ਇਹ ਸੱਪ ਦਾ ਜ਼ਹਿਰ 50 ਬੰਦੇ ਮਾਰਨ ਦਾ ਦਮ ਰੱਖਦਾ ਵਾ ਜਿਹੜਾ ਮੇਰਾ ਫਰਜ਼ੀ ਵੀਰ ਯੂਟਿਊਬ ਤੇ ਇਸ ਚੀਜ਼ ਦੀ ਰਿਸਰਚ ਮਾਰ ਦੇ ਕੋਬਰਾ ਸੱਪ ਕਿਸੇ ਨੂੰ ਕੱਟਦਾ ਵਾ ਔਰ 15 ml ਤੱਕ ਉਹਨੇ ਮੇਰੇ ਫੇਸ ਦੀ ਹੈ 15 ml ਤੱਕ ਜ਼ਹਿਰ ਬੰਦੇ ਦੇ ਅੰਦਰ ਜਾਏ ਤੇ ਬੰਦਾ ਨਹੀਂ ਮਰਦਾ ਇਹ ਸੱਪ ਦਾ 1% ਤੱਕ ਵੀ ਜ਼ਹਿਰ ਬੰਦੇ ਦੇ ਅੰਦਰ ਚਲਾ ਜਾਏ ਤੇ ਬੰਦਾ ਮਰ ਜਾਂਦਾ ਵਾ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਕਿ ਮੇਰੀ ਵੀਡੀਓ ਲਾਈਕ ਸ਼ੇਅਰ ਤੇ ਸੈਂਡ ਕਰਿਓ ਮੇਰਾ ਨੰਬਰ ਤੇ 95-92-99-63-35 ਮੇਰਾ ਇੱਕ ਯੂਟਿਊਬ ਦੇ ਉੱਪਰ ਚੈਨਲ ਜੇ ਮੇਰਾ ਇੱਕ ਯੂਟਿਊਬ ਦੇ ਉੱਪਰ ਚੈਨਲ ਜੇ ਸਪੇਸ ਬਿਲਕੁਲ ਨਹੀਂ ਦੇਣੀ 10-10, 8-8 ਫੁੱਟ ਲੰਬੇ ਸੱਪ ਮੈਂ ਕਾਫੀ ਜ਼ਿਆਦਾ ਫੜੇ ਹੋਏ ਆ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਲਾਈਕ ਸ਼ੇਅਰ ਤੇ ਸੈਂਡ ਜ਼ਰੂਰ ਕਰਿਓ ਬਾਓ ਜੀ 5 ਮਿੰਟਾਂ ਚ ਆ ਗਿਆ ਦੱਸੋ ਕਿੱਥੇ ਆਵਾਂ ਆਹੋ ਇੱਕ ਮਿਲ ਗਿਆ ਇੱਕ ਦੇ ਖੜਾ ਛੱਡਦਾ ਦੱਸੋ ਕਿੱਥੇ ਆਵਾਂ ਅੱਛਾ ਠੀਕ ਆ ਜੀ ਮੈਂ ਕਾਹ ਵੀ ਆ ਗਿਆ ਤੁਹਾਡੇ ਉਹ ਮਰ ਜਾਓ ਵੀ ਰੁਕਾ ਦੀ ਕਾ ਨਹੀਂ ਇਹ ਕੋਈ ਨਹੀਂ ਹੁੰਦਾ ਸਾਹਿਬ ਫਨੀਅਰ ਦੇ ਨਾਲ ਵੀ ਚਰੀਲਾ ਵਾਏ ਸਾਹਿਬ ਮਿੱਤਰ ਵਾ ਮੇਰਾ ਤੇ ਉਹਨਾਂ ਦੇ ਘਰੇ ਹੀ ਤੇ ਤਾਂ ਕਰਕੇ ਇੰਨੀ ਜ਼ਿਆਦਾ ਮੈਨੂੰ ਖਿੱਚਦਾ ਨਹੀਂ